ਕੀਤੀ। ਕਿਸਾਨ ਯੂਨੀਅਨ ਦੇ ਆਗੂਆਂ ਨੇ ਸਪਸ਼ਟ ਕੀਤਾ ਹੈ ਕਿ ਕਿਸਾਨ ਮੋਰਚੇ ਵਿੱਚੋਂ ਆਪਣਾ ਸਿਆਸੀ ਕਰੀਅਰ ਬਣਾਉਣ ਦੀ ਕੋਸ਼ਿਸ਼ ਕਰਨ ਵਾਲਿਆਂ ਨਾਲ ਮੋਰਚੇ ਤੇ ਜਥੇਬੰਦੀ ਦਾ ਕੋਈ ਸਬੰਧ ਨਹੀਂ ਹੈ। ਉਹਨਾਂ ਸਪਸ਼ਟ ਕੀਤਾ ਕਿ ਗੁਰਨਾਮ ਸਿੰਘ ਚੜੂਨੀ ਦੀ ਚੋਣ ਸਰਗਰਮੀ ਮੋਰਚੇ ਵਿਰੋਧੀ ਸਰਗਰਮੀ ਹੈ। ਉਸ ਨਾਲ ਪੰਜਾਬ ਦੀਆਂ 32 ਜਥੇਬੰਦੀਆਂ ਬਿਲਕੁਲ ਸਹਿਮਤ ਨਹੀਂ ਬਲਕਿ ਸਖਤ ਖਿਲਾਫ ਨੇ। ਉਹਨਾਂ ਕਿਹਾ ਪੰਜਾਬ ਦੇ ਮੁੱਦੇ ਜਿਨ੍ਹਾਂ ਨੂੰ ਚੋਣਾਂ ਵਿੱਚ ਯਾਦ ਆਉਂਦੇ ਨੇ ਉਹ ਆਪਣੇ ਮੁਫਾਦਾਂ ਦੀ ਪੂਰਤੀ ਹੀ ਕਰਨਾ ਚਾਹੁੰਦੇ ਨੇ।